ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਵੈਦ ਮਲਕੀ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜਵੰਦਾ ਰਿਵੇ ਤੇ ਅੱਜ ਆਪਾਂ ਸਿਰਫ 60 ਕੈਪਸੂਲ ਹੀ ਤਿਆਰ ਕੀਤੇ ਨੇ ਜੋ ਤੁਸੀਂ ਦੇਖ ਰਹੇ ਹੋ ਛੋਟਾ ਕੈਪਸੂਲ ਹੈ ਸਿਰਫ 100 ਐਮ ਜੀ ਦਾ ਕੈਪਸੂਲ ਹੈ ਰਿਜ਼ਲਟ ਐਨਾ ਤੱਕੜਾ ਹੈ ਕੈਪਸੂਲ ਦਾ ਬਸ ਤੁਸੀਂ ਐ ਮੰਨ ਲਓ ਇੱਕ ਕੈਪਸੂਲ ਖਾ ਲਿਆ। ਬਸ ਯਾਦ ਕਰੋਗੇ ਇਹ じゃ ਕੈਪਸੂਲ ਤਿਆਰ ਕੀਤਾ ਹੈ। ਬੀਰਲੀ ਆਰਡਰ ਤੇ ਤਿਆਰ ਕਰੇ ਨੇ ਇਹ। ਉਹ ਕਹਿੰਦਾ ਬਾਈ ਜੀ ਇਹ じゃ ਕੈਪਸੂਲ ਤਿਆਰ ਕਰ ਦੋ। ਪਸਮਾ ਤੇ ਪਿਸਟੀਆਂ ਹੀ ਹੋਣ। ਕਈ ਵੀਰ ਕਹਿੰਦੇ ਜੀ ਸਿਰਫ ਅਸੀਂ ਪਸਮਾ ਹੀ ਖਾਣੀਆਂ ਨੇ। ਪਸਮਾ ਦੇ ਨਾਮ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਤੁਸੀਂ ਆਪ ਹੀ ਅੰਦਾਜ਼ਾ ਲਗਾ ਲੋਗੇ ਵੀ ਇਹ ਕੈਪਸੂਲ ਕਿੰਨਾ ਕੰਮ ਕਰੂਗਾ। ਸਿਰਫ 100mg ਦਾ ਕੈਪਸੂਲ ਪਰ ਹੈ ਇਹਦੀ ਡੋਜ਼ ਸਵੇਰੇ 100mg ਤੇ ਸ਼ਾਮ ਨੂੰ 100mg ਬਸ ਇੰਨੇ ਕ ਇਹਦੀ ਡੋਜ਼ ਹੈ ਕੈਪਸੂਲ ਦੀ ਕੈਪਸੂਲ ਦੇ ਵਿੱਚ ਕੀ ਕੀ ਪਿਆ ਹੈ ਪੂਰਾ ਐਕਸਪਲੇਨ ਕਰਾਂਗੇ ਕਿਵੇਂ ਡੋਜ਼ ਲੈਣੀ ਹੈ ਕਿਵੇਂ ਤੁਸੀਂ ਇਹ ਕੈਪਸੂਲ ਮੰਗਵਾ ਸਕਦੇ ਹੋ ਕੀ ਕੀ ਨੇ ਇਹਦੇ ਕੰਮ ਪਹਿਲਾਂ ਤੁਹਾਨੂੰ ਇਹਦੇ ਵਿੱਚ ਦੱਸ ਦਣੇ ਜੀ ਕੀ ਕੀ ਪਿਆ ਹੋਇਆ ਫਿਰ ਤੁਹਾਨੂੰ ਇਹ ਦੱਸਾਂਗੇ ਕੰਮ ਕਿਉਂਕਿ ਕਾਫੀ ਵੀਰ ਜਿਹੜੇ ਆਪਣੇ ਨਾਲ ਪੁਰਾਣੇ ਜੁੜੇ ਹੋਏ ਨੇ ਉਹਨਾਂ ਨੂੰ ਕਾਫੀ ਐਕਸਪੀਰੀਅੰਸ ਹੋ ਰਿਹਾ ਹੈ ਉਹਨਾਂ ਉਸਕੇ ਪੁੱਛ ਕੇ ਆਪ ਹੀ ਬਣਾ ਲੈਂਦੇ ਨੇ ਤੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਇਹਦੇ ਵਿੱਚ ਕੀ ਕੀ ਪਿਆ ਹੋਇਆ ਤੇ ਇਹਦਾ ਕਿੰਨਾ ਤਕੜਾ ਕੰਮ ਹੋਊਗਾ ਇਹਦੇ ਵਿੱਚ ਪਿਆ ਹੋਇਆ ਜੀ ਸੁਧ ਪਾਰਾ ਪਾਰੇ ਤੇ ਗੰਦਕ ਦੀ ਕਜਲੀ ਕਰਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਪਈ ਹੈ ਜੀ ਸਿੱਧ ਮਕਰ ਤੁੱਜ ਇਹਦੇ ਵਿੱਚ ਪਏ ਨੇ ਚਾਂਦੀ ਵਰਕ ਸੋਨੇ ਦੇ ਵਰਕ ਨਾਗ ਭਸਮ ਪ੍ਰਵਾਲ ਪਿਸ਼ਟੀ ਜਕੁੱਤੀ ਰਸੈਣ ਜਿਹੜੇ ਵੀਰਾਂ ਨੇ ਜਕੁੱਤੀ ਰਸੈਣ ਦਾ ਨਾਮ ਸੁਣਿਆ ਉਹ ਤਾਂ ਬਸ ਕੈਪਸੂਲ ਦੇ ਫੈਨ ਹੋ ਜਾਣਗੇ ਫਿਦਾ ਹੋ ਜਾਣਗੇ ਜਕੁੱਤੀ ਰਸੈਣ ਵੀ ਇਹਦੇ ਵਿੱਚ ਆਪਾਂ ਐਡ ਕੀਤਾ ਜੀ ਤ੍ਰਵੰਗ ਭਸਮ ਇਹਦੇ ਵਿੱਚ ਐਡ ਕੀਤੀ ਹੈ ਜੜੀ ਬੂਟੀ ਕੋਈ ਨਹੀਂ ਹੈ ਸਿਰਫ ਭਸਮਾਂ ਹੀ ਨੇ ਇਹਦੇ ਵਿੱਚ ਤੇ ਇਹਦੇ ਵਿੱਚ ਹੋਰ ਕੀ ਕੀ ਪਿਆ ਹੈ ਇਹਦੇ ਵਿੱਚ ਪਾਈ ਹੈ ਜੀ ਆਪਾਂ ਨੇ ਵੰਗ ਪਸਮ ਪਾਈ ਹੈ ਕੁੱਕ ਟਾਂਡਵਕ ਪਸਮ ਜਿਹਨੂੰ ਮੁਰਗੀ ਦੇ ਅੰਡਿਆਂ ਦੀ ਪਸਮ ਕਹਿੰਦੇ ਨੇ ਉਹ ਪਾਈ ਹੈ ਠੀਕ ਹੈ ਜੀ ਤੇ ਮੋਤੀ ਪਿਸਤੀ ਨੰਬਰ 1 ਇਹ ਕੈਪਸੂਲ ਦੇ ਵਿੱਚ ਪਈ ਹੋਈ ਹੈ ਠੀਕ ਹੈ ਜੀ ਨੰਬਰ 1 ਹੀ ਇਹਦੇ ਵਿੱਚ ਪਾਈ ਹੈ ਕਿਉਂਕਿ ਚਾਰ ਚੰਦ ਲੱਗ ਜਾਂਦੇ ਨੇ ਆਬਰ ਕੇ ਪਾਸਮੇ ਦੇ ਵਿੱਚ ਪਈ ਹੈ ਲੋਅ ਪਾਸਮੇ ਦੇ ਵਿੱਚ 100 ਪੁੱਟੀ ਪਈ ਹੈ ਸੌਰੀ 1000 ਪੁੱਟੀ ਪਈ ਹੋਈ ਹੈ ਜੀ ਇਹ ਆਪਣੇ ਵੈਦਵੀਰ ਤੋਂ ਲਈ ਸੀ 1000 ਪੁੱਟੀ ਉਹ ਪਾਈ ਹੋਈ ਹੈ ਹੁਣ ਤੁਸੀਂ ਦੇਖ ਲਓ ਇਹ ਚੀਜ਼ਾਂ ਇਹਦੇ ਵਿੱਚ ਪਈਆਂ ਹੋਈਆਂ ਨੇ ਤਾਂ ਰਿਜ਼ਲਟ ਵੀ ਕਿਹਾ ਜਾਊਗਾ ਮੂੰਹੋਂ ਬੋਲਣ ਦੀ ਲੋੜ ਨਹੀਂ ਜੀ ਕੈਪਸੂਲ ਬੋਲੂਗਾ ਇਹ ਨਾ ਮਰਦ ਨੂੰ ਮਰਦ ਬਣਾਉਣ ਵਾਲਾ ਹੈ ਜਿਨ੍ਹਾਂ ਦਾ ਟਾਈਮਿੰਗ ਜ਼ੀਰੋ ਹੋ ਗਿਆ ਬਸ ਉਹ ਚਾਰ ਚੰਦ ਲੱਗ ਜਾਣਗੇ ਜੀ ਟਾਈਮਿੰਗ ਵਧਾਊਗਾ ਸਟੈਮ ਨਾ ਵਧੂ ਜਿਨ੍ਹਾਂ ਨੂੰ ਤੁਰਦੇ ਫਿਰਦੇ ਕਮਜ਼ੋਰੀ ਆ ਸਾਹ ਚੜਦਾ ਬਿਲਕੁਲ ਹੀ ਬੁੜਾ ਵਾਂਗੂ ਹੋ ਗਏ ਨੌਜਵਾਨ ਉਹਨਾਂ ਨੂੰ ਅਸਲੀ ਮਰਦ ਬਣਾ ਦੂਗਾ ਇਹ ਕੈਪਸੂਲ ਇੰਨਾ ਤਕੜੇ ਦਾ ਰਿਜ਼ਲਟ ਮਿਲੂਗਾ ਤੁਹਾਨੂੰ ਸੈਕਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੈਗੀ ਆ ਤੁਹਾਨੂੰ ਹਸਟੋਮੈਥਨ ਨਾਲ ਆ ਗਏ ਗਲਤ ਸੰਗਤ ਚ ਪੈਣ ਨਾਲ ਆ ਗਏ ਕੋਈ ਸਿਗਨੇਚਰ ਕੈਪਸੂਲ ਖਾਣ ਵਾਲਾ ਕੀ ਕੋਈ ਟਰਾਮਾਡੋਲ ਗੋਲੀ ਖਾਣ ਵਾਲਾ ਕੀ ਤੁਹਾਨੂੰ ਕੋਈ ਫੀਮ ਭੁੱਕੀ ਖਾਣ ਵਾਲਾ ਕੀ ਤੁਹਾਨੂੰ ਕੋਈ 슈ਗਰ ਨਾਲ ਤੁਹਾਨੂੰ ਸੈਕਸ ਕਮਜ਼ੋਰੀ ਆ ਗਈ ਜਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਗਲਤ ਸੰਗਤ ਚ ਪੈ ਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਨਾਲ ਸੈਕਸ ਕਮਜ਼ੋਰੀ ਆ ਗਿਆ ਬਸ ਆਹ ਕੈਪਸੂਲਾਂ ਨੂੰ ਯਾਦ ਕਰ ਲੋ ਤੁਹਾਡੇ ਰੋਗ ਟੁੱਟ ਜਾਣਗੇ ਉਮਰ ਪਰ ਦਾ ਦਾਅਵਾ ਹੈ ਗਾਰੰਟੀ ਮੰਨ ਲਓ ਤੁਹਾਡਾ ਰੋਗ ਤੋੜਨ ਲਈ ਸਿਰਫ ਇੱਕ ਕੈਪਸੂਲ ਬਣਿਆ ਹੈ। ਰਿਜ਼ਲਟ ਇੰਨੇ ਕਨੇ ਵਰਤੋਂਗੇ ਤਾਂ ਤੁਸੀਂ ਖੁਦ ਮੂੰਹੋਂ ਬੋਲੋਗੇ। ਸਾਨੂੰ ਬੋਲਣ ਦੀ ਲੋੜ ਨਹੀਂ ਪੈਣੀ। ਤੁਹਾਡਾ ਫੀਡਬੈਕ ਤੁਸੀਂ ਪਾਵਾਗੇ ਜਦੋਂ ਫੇਰ ਦੇਖਿਓ ਤੁਸੀਂ। ਹੋਰ ਚਾਰ ਵੀਰਾਂ ਦਾ ਇਹ ਕੈਪਸੂਲ ਨਾਲ ਭਲਾ ਹੋਊਗਾ। ਬਹੁਤ ਲੋਕ ਪ੍ਰਾਈਸ ਤੇ ਰੱਖੇ ਨੇ। ਕੈਪਸੂਲ ਕਿਵੇਂ ਲੈਣਾ ਹੈ? ਇਹਦੀ ਡੋਜ਼ ਕੀ ਹੈ? ਇੱਕ ਕੈਪਸੂਲ ਸਵੇਰੇ, ਇੱਕ ਰਾਤ ਨੂੰ ਜੀ। ਦੁੱਧ ਉਵਾਲ ਕੇ ਮਿਸ਼ਰੀ ਪਾ ਕੇ ਠੰਡਾ ਕਰਕੇ ਲੈਣੇ ਜੀ ਇਹ ਕੈਪਸੂਲਾ ਕਿਹੜੇ ਕਿਹੜੇ ਤਸਵੀਰ ਵਾਲੇ ਨੂੰ ਲੈ ਸਕਦੇ ਹਰ ਇੱਕ ਤਸਵੀਰ ਵਾਲਾ ਲੈ ਸਕਦਾ ਬਾਤ ਵਾਲਾ ਪਿੱਤ ਵਾਲਾ ਕਫ ਵਾਲਾ ਕੋਈ ਚੱਕਰ ਨਹੀਂ ਕੈਪਸੂਲਾ ਇਹ ਜੇ ਤਰੀਕੇ ਨਾਲ ਇਹਦੇ ਵਿੱਚ ਭਸਮ ਪਾਈ ਹੋਈ ਹੈ ਇਹ ਜੇ ਤਰੀਕੇ ਨਾਲ ਭਸਮ ਦਾ ਇਹਦਾ ਮੇਲ ਬਣਾਇਆ ਹੋਇਆ ਹੈ ਕਿ ਹਰ ਇੱਕ ਤਸਵੀਰ ਵਾਲਾ ਬੰਦਾ ਇਹਨੂੰ ਲੈ ਸਕਦਾ ਕੋਈ ਤੁਹਾਨੂੰ ਇਦਾਂ ਦੀ ਬਾਜ਼ਾਰ ਦੇ ਵਿੱਚ ਇਹ ਜੀ ਮੈਡੀਸਨ ਨਹੀਂ ਮਿਲੂਗੀ ਸੈਕਸ ਵਾਲੀ ਜਿਹੜਾ ਸਾਰਾ ਕੰਮ ਕਰ ਦੇਵੇ ਵੀਰਜ ਵੀਗੜਾ ਕਰ ਦੇਵੇ ਸ਼ਿਗਰ ਪਤਨ ਤੇ ਵੀ ਰੋਕ ਲਾਉਂਦੀ ਹੋਵੇ ਤੇ ਸਟੈਮਨਾ ਵੀ ਅੱਛਾ ਹੁੰਦਾ ਹੋਵੇ ਲਿੰਗ 'ਚ ਤਣਾਅ ਵੀ ਪੂਰਾ ਲਿਆਉਂਦੇ ਹੋਵੇ ਰਾੜ ਵਾਂਗੂ ਖੜਾ ਰੱਖਦਾ ਹੋਵੇ ਇਹੋ ਜਿਹਾ ਕੈਪਸੂਲ ਹੈ ਇਹ ਇਹ ਇੱਕ ਕੈਪਸੂਲ ਦੇ ਵਿੱਚ ਆਪਾਂ ਸਭ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ ਇੱਕ ਐਡਾ ਤਕੜਾ ਫਾਰਮੂਲੇਸ਼ਨ ਤਿਆਰ ਕੀਤੀ ਹੈ ਜਿਹਨੂੰ ਹਰ ਇੱਕ ਤਸਵੀਰ ਵਾਲਾ ਲੈ ਸਕਦਾ ਹੈ ਬਾਜ਼ਾਰ ਦੇ ਵਿੱਚ ਤੁਹਾਨੂੰ ਇਹੋ ਜਿਹਾ ਕੋਈ ਕੈਪਸੂਲ ਹੈ ਜੀ ਕੋਈ ਚੀਜ਼ ਨਹੀਂ ਮਿਲੂਗੀ ਬਿਜ ਨੂੰ ਹਰ ਇੱਕ ਤਸਵੀਰ ਵਾਲਾ ਲੈ ਸਕੇ ਕਿਉਂਕਿ ਕਾਫੀ ਚੀਜ਼ਾਂ ਗਰਮ ਹੁੰਦੀਆਂ ਨੇ ਗਰਮ ਤਸਵੀਰ ਵਾਲੇ ਨਹੀਂ ਲੈ ਸਕਦੇ ਫਿਰ ਕਈ ਠੰਡੇ ਕੈਪਸੂਲ ਆ ਜਾਂਦੇ ਨੇ ਹਨਾ ਜਿਨ੍ਹਾਂ ਦੇ ਬੈਲੈਂਸ ਬਣਾਏ ਹੁੰਦਾ ਤੇ ਉਹ ਠੰਡੀ ਤਸਵੀਰ ਵਾਲੇ ਨਹੀਂ ਲੈ ਸਕਦੇ ਜਿਨ੍ਹਾਂ ਨੂੰ ਕਫ ਦੀ ਪ੍ਰੋਬਲਮ ਹੈ ਜੀ ਪਰ ਇਹ ਕੈਪਸੂਲ ਹਰ ਇੱਕ ਹਰ ਇੱਕ ਤਸਵੀਰ ਵਾਲਾ ਲੈ ਸਕਦਾ ਹੈ ਤਿਰਦੋਸ ਵਾਲਾ ਲੈ ਸਕਦਾ ਹੈ ਜਿਨ੍ਹਾਂ ਨੂੰ ਦੋ ਦੋਸ ਇਕੱਠੇ ਹੋਗੇ ਉਹ ਲੈ ਸਕਦਾ ਹੈ ਇਹੋ ਜਿਹਾ ਰਿਜ਼ਲਟ ਮਿਲੂ ਤੁਹਾਨੂੰ ਇਹਦਾ ਤੁਸੀਂ ਹੈਰਾਨ ਰਹਿ ਜਾਓਗੇ ਕੈਪਸੂਲ 10 सेवन ਕਰਕੇ ਹੁਣੇ ਮੰਗਵਾਉਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਕਿਉਂਕਿ ਇਹ ਕੈਪਸੂਲ ਸਿਰਫ ਆਪ ਆਰਡਰ ਤੇ ਹੀ ਤਿਆਰ ਕਰਦੇ ਆ ਠੀਕ ਹੈ ਜੀ ਸਿਰਫ 60 ਕੈਪਸੂਲ ਹੀ ਤਿਆਰ ਕੀਤੇ ਸੀ 나ਪ ਤੋਲ ਕੇ ਕੈਪਸੂਲ ਤਿਆਰ ਕਰਦੇ ਆ ਜੀ ਕੈਪਸੂਲ ਦਾ ਰੰਗ ਚਾਹੋ ਜਿਹੜੇ ਮਰਜ਼ੀ ਚ ਪਰਵਾ ਸਕਦੇ ਹੋ 골ਡਨ ਚ ਪਰਵਾਉਣੇ ਤੁਹਾਡੀ ਪਸੰਦ ਹੈ ਵੈਸੇ ਇਹ ਕੈਪਸੂਲ ਆਪ ਲੈ ਕੇ ਆਂਦੇ ਸੀ 1000 ਕੈਪਸੂਲ ਠੀਕ ਹੈ ਜੀ ਅਗਰ ਤੁਸੀਂ ਚਾਹੋ ਤਾਂ ਆਪਣੇ ਹਿਸਾਬ ਨਾਲ ਜਿਹੜੇ ਮਰਜ਼ੀ ਰੰਗ ਚ ਤੁਸੀਂ ਕੈਪਸੂਲ ਮੰਗਵਾ ਸਕਦੇ ਹੋ 골ਡਨ ਚਾਹੋ ਆ ਨੀਲਾ ਜਾਂ ਚਾਹੋ ਜਾਂ ਜੰਮੇ ট্রান্সਪੇਰੈਂਟ ਚਾਹੋ ਉਹਦੇ ਵਿੱਚ ਵੀ ਇਹ ਭਰੇ ਜਾਣਗੇ ਪਰ ਥੋੜੀ ਜਿਹਾ ਇਹਨਾਂ ਨੂੰ ਮੁਗਵਾਉਣ ਦੇ ਵਿੱਚ ਮੁਸ਼ਕਲ ਹੋ ਜਾਂਦੀ ਹੈ ਕੋਈ ਚੱਕਰ ਨਹੀਂ ਜਿਵੇਂ ਤੁਹਾਡਾ ਹੁਕਮ ਹੋਗਾ ਉਹਦੇ ਆ ਤੁਹਾਨੂੰ ਭਰ ਕੇ ਦੇ ਦਾਂਗੇ ਜੀ ਕੈਪਸੂਲ ਮੰਗਵਾਉਣ ਲਈ ਆਪਣੇ WhatsApp ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ 998238200 ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨਾਲ ਹੀ ਨਾਲ ਘੰਟੀ ਵਾਲਾ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ ਜੀ